असी दिल्ली मोर्चे के हक के बच्चे कट किया, दिल्ली मोर्चे के नाल खड़े हैं। ठीक है राजेवाल साहब, जदों तुहानू कोई पत्रकार पुछदा है कि तुसी लखे दे दीप बारे की कहना चाहते हो, तुसी कह दिंदे हो पहला कहिंदे रहे कि उन्हां बारे सरकार देखे की करना है, हुण तुसी कह दिंदे हो कि नो कमेंट, मैं कोई प्रतिक्रिया नहीं देना चाहता। पर राजेवाल साहब मैं तुहानू कहना चाहुंदा ਸੋਡੇ ਆਗੂਆਂ ਦੇ ਵੀ ਪਰਚੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਧੜਕਨ ਪੰਜਾਬੀ ਉੱਪਰ। ਦੋਸਤੋ, ਨਵੀਆਂ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਦੋਸਤੋ, ਬਠਿੰਡਾ ਦੇ ਮਹਿਰਾਜ ਵਿਖੇ ਲੱਖੇ ਸਿਧਾਣੇ ਦੀ ਕੀਤੀ ਵੱਡੀ ਰੈਲੀ ਵਿੱਚ ਰਿਕਾਰਡ ਤੋੜ ਲੱਖਾਂ ਲੋਕਾਂ ਦਾ ਇਕੱਠ ਤੇ ਅੱਧੀ ਰਾਤ ਨੂੰ ਲੱਖੇ ਨੇ ਲਾਈਵ ਹੋ ਕੇ ਦਿੱਤੇ ਵਿਰੋਧੀਆਂ ਨੂੰ ਠੋਕਵੇਂ ਜਵਾਬ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਸੇ ਤਾਂ ਧੰਨਵਾਦ ਕਰਨਾ ਨਹੀਂ ਬਣਦਾ ਕਿਉਂਕਿ ਸਾਰੇ ਅੱਜ ਜਿੰਨੇ ਵੀ ਮਹਿਰਾਜ ਦੀ ਇਸ ਮਹਾਨ ਰੈਲੀ ਦੇ ਵਿੱਚ ਆਏ ਨੇ, ਚਾਹੇ ਉਹ ਪੰਜਾਬ ਤੋਂ ਹੋਣ ਜਾਂ ਹਰਿਆਣਾ ਜਾਂ ਰਾਜਸਥਾਨ ਤੋਂ ਹੋਣ, ਉਹ ਆਪਣੇ ਹੱਕਾਂ ਲਈ ਆਏ ਨੇ, ਉਹ ਆਪਣੇ ਪੰਜਾਬ ਲਈ ਆਏ ਨੇ, ਉਹ ਆਪਣੀ ਧਰਤੀ ਮਾਂ ਲਈ ਆਏ ਨੇ। ਪਰ ਫਿਰ ਵੀ ਧੰਨਵਾਦ ਇਸ ਕਰਕੇ ਕਰਨਾ ਬਣਦਾ ਕਿ ਮੈਂ ਸਮਝਦਾ ਕਿ ਤੁਸੀਂ ਇੱਕ ਮੇਰੇ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਲੱਖਾਂ ਦਾ ਜਿਹੜਾ ਇਕੱਠ ਹੈ ਉਹ ਕੀਤਾ। ਮੈਨੂੰ ਲੱਗਦਾ ਨਹੀਂ ਸੀ ਵੀ ਐਡੀ ਉਮੀਦ ਨਹੀਂ ਸੀ ਕਿ ਐਡਾ ਵੱਡਾ ਇਕੱਠ ਹੋ ਜੂਗਾ, ਪਰ ਯਾਰ ਕਮਾਲ ਕਰਤੀ। ਮੈਨੂੰ ਹੁਣ ਪਤਾ ਲੱਗਿਆ ਜਦੋਂ ਮੈਂ ਬਾਅਦ ਦੇ ਵਿੱਚ ਜਿਹੜੇ ਟੈਂਟ ਵਾਲੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ, ਉਹ ਕਹਿੰਦੇ ਬਾਈ ਜਿਹੜੇ ਹਿਸਾਬ ਨਾਲ ਅਸੀਂ ਮੈਟ ਵਿਛਾਏ ਸੀ ਉਸ ਹਿਸਾਬ ਨਾਲ ਲੱਗਦਾ ਵੀ ਜਿਹੜੇ ਬੈਠੇ ਸੀ ਅਤੇ ਉਸ ਤੋਂ ਬਾਅਦ ਇਲਾਵਾ ਲੋਕ ਕੋਠਿਆਂ 'ਤੇ ਚੜ੍ਹੇ ਹੋਏ ਸੀ, ਟਾਵਰਾਂ 'ਤੇ ਚੜ੍ਹੇ ਹੋਏ ਸੀ, ਬਨੇਰਿਆਂ 'ਚ ਬੈਠੇ ਸੀ, ਕਿ ਬੈਠਣ ਬੈਠਣ ਦੀ ਸਮਰੱਥਾ ਜਿਹੜੀ ਉਹ 1 ਲੱਖ ਤੋਂ ਉੱਪਰ ਸੀ। ਅਤੇ ਆਲੇ ਦੁਆਲੇ ਜਿਹੜੇ ਕੋਈ ਲੰਗਰ ਛੱਕੀ ਜਾਂਦਾ ਸੀ, ਕੋਈ ਕੋਠਿਆਂ 'ਤੇ ਬੈਠੇ ਨੇ, ਕੋਈ ਆਲੇ ਦੁਆਲੇ ਫਿਰ ਰਹੇ ਸੀ, ਉਹਨਾਂ ਦੀ ਗਿਣਤੀ ਵੀ ਉੱਡਵੀ ਗਿਣਤੀ ਉਹਨਾਂ ਦੀ ਸੀ। ਸੋ ਇਸ ਕਰਕੇ ਧੰਨਵਾਦ ਕਰਨਾ ਬਣਦਾ ਕਿ ਕੋਈ ਕਿਸੇ ਨੂੰ ਨਿੱਜੀ ਸੁਨੇਹਾ ਨਹੀਂ ਮੈਂ ਦਿੱਤਾ। ਅਤੇ ਪਰ ਮੈਂ ਯਾਰ ਅੱਜ ਹੈਰਾਨ ਰਹਿ ਗਿਆ ਕਿ ਬਹੁਤ ਜ਼ਿਆਦਾ ਜਿਹੜਾ ਪਿਆਰ ਅਤੇ ਸਤਿਕਾਰ ਤੁਹਾਡੇ ਵੱਲੋਂ ਮਿਲਿਆ। ਮੈਂ ਦੇਖਿਆ ਕਿ ਗੁਰਦਾਸਪੁਰ ਤੋਂ, ਜਲੰਧਰ ਤੋਂ, ਅੰਮ੍ਰਿਤਸਰ ਤੋਂ, ਦੂਰੋਂ ਦੂਰੋਂ ਕਈ ਮੇਰੀਆਂ ਭੈਣਾਂ ਆਈਆਂ ਜਲੰਧਰ ਤੋਂ। ਉਹਨਾਂ ਨੇ ਮੈਨੂੰ ਮਿਲ ਕੇ ਦੱਸਿਆ ਕਿ ਖਾ ਜਲੰਧਰ ਤੋਂ ਆਇਆ, ਸਾਡਾ ਵਕੀਲ ਭਾਈਚਾਰਾ, ਵਕੀਲ ਵੀ ਬਹੁਤ ਸਾਡੇ ਭਰਾ ਹੈ। ਹਰ ਤਰ੍ਹਾਂ ਦਾ ਵਰਗ ਮੈਂ ਹੁਣ ਕਿਹਦਾ ਕਿਹਦਾ ਜ਼ਿਕਰ ਕਰਾਂ, ਜ਼ਿਕਰ ਕਰੂੰਗਾ ਗੱਲ ਲੰਬੀ ਹੋ ਜਾਣੀ ਆ। ਮੈਨੂੰ ਲੱਗਦਾ ਕਿ ਕੋਈ ਵਰਗ ਰਿਹਾ ਨਹੀਂ ਹੈਗਾ ਇੱਥੇ ਸ਼ਮੂਲੀਅਤ ਕਰਨ ਤੋਂ ਬਿਨਾਂ। ਸੋ ਮੈਂ ਤੋਂ ਰਿਹਾ ਨਹੀਂ ਗਿਆ ਕਿ ਯਾਰ ਮੈਂ ਤੁਹਾਡਾ ਧੰਨਵਾਦ ਜਿਹੜਾ ਕਰਾਂ। ਸੋ ਇਹ ਤੋਂ ਇਲਾਵਾ ਮੈਂ ਧੰਨਵਾਦ ਕਰਦਾ ਮੇਰੇ ਮਹਿਰਾਜ ਪਿੰਡ ਦੇ ਮੇਰੇ ਸਾਥੀਆਂ ਦਾ, ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਆਪਣੇ ਕੋਲੋਂ ਖਰਚਾ ਕਰਕੇ। ਜਿੰਨਾ ਵੀ ਪ੍ਰਬੰਧ ਹੋਇਆ, ਚਾਹੇ ਲੰਗਰ ਦਾ ਖਰਚਾ ਹੋਇਆ, ਚਾਹੇ ਟੈਂਟ ਦਾ ਹੋਇਆ, ਚਾਹੇ ਉਹ ਸਾਊਂਡ ਸਪੀਕਰਾਂ ਦਾ ਹੋਇਆ, ਸਾਰਾ ਜਿਹੜਾ ਖਰਚਾ ਉਹਨਾਂ ਨੇ ਕੋਲੋਂ ਕਰਕੇ, ਉਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ। ਬਸ ਮੈਂ ਇਹ ਕਹਿਣਾ ਚਾਹੁੰਦਾ ਕਿ ਯਾਰ ਵੀ ਅੱਜ ਤੁਸੀਂ ਦਿਖਾਤਾ ਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਇਕੱਲੇ ਫੇਸਬੁੱਕਾਂ ਦੇ ਉੱਤੇ ਗੱਲਾਂ ਕਰਨ ਵਾਲੇ ਨਹੀਂ ਹੈ, ਉਹ ਆਪਣੇ ਹੱਕਾਂ ਲਈ, ਉਹ ਆਪਣੇ ਪੰਜਾਬ ਲਈ, ਉਹ ਆਪਣੀ ਹੋਂਦ ਲਈ ਸੜਕਾਂ 'ਤੇ ਨੇ, ਉਹ ਮੈਦਾਨਾਂ 'ਚ ਨੇ, ਉਹ ਜੰਗ ਲੜਨਗੇ, ਉਹ ਜਿੱਤ ਕੇ ਹੀ ਵਾਪਸ ਆਉਣਗੇ। ਇਹ ਅੱਜ ਕੱਲ੍ਹ ਤੁਸੀਂ ਦਰਸਾ ਦਿੱਤੀ ਆ ਭਰਾਵੋ। ਅਤੇ ਅਗਲੀ ਮੈਂ ਬੇਨਤੀ ਜਿਹੜੀ ਕਰਨੀ ਆ ਉਹ ਮੈਂ ਕਿਸਾਨ ਆਗੂਆਂ ਨੂੰ ਕਰਨੀ ਆ ਕਿ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਮੈਜਿਸਟ੍ਰੇਟ ਤੋਂ ਵੀ ਇਹ ਗੱਲ ਬੋਲੀ ਆ ਕਿ ਅਸੀਂ ਹਰ ਵਕਤ ਤੁਹਾਡੇ ਨਾਲ ਹਾਂ। ਤੁਸੀਂ ਕੋਈ ਨਾ ਕੋਈ ਜਿਹੜਾ ਪ੍ਰੋਗਰਾਮ ਹੈ ਉਹ ਦਿੱਲੀ ਦੇ ਵਿੱਚੋਂ ਦਿਓ ਤਾਂ ਕਿ ਜਿਹੜੀ ਸਰਕਾਰ ਹੁਣ ਧੱਕੇਸ਼ਾਹੀ 'ਤੇ ਉਤਰੀ ਹੋਈ ਹੈ, ਨੋਟਸ ਕੱਢ ਰਹੀ ਹੈ, ਫੋਟੋਆਂ ਜਾਰੀ ਕਰ ਰਹੇ ਨੇ, ਛਾਪਾਮਾਰੀ ਹੋ ਰਹੀ ਹੈ, ਨੌਜਵਾਨਾਂ ਨੂੰ ਫੜ ਕੇ ਅੰਦਰ ਦਿੱਤਾ ਜਾ ਰਿਹਾ ਹੈ, ਆਗੂਆਂ ਦੀਆਂ ਵੀ ਕਈਆਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਜਾਰੀ ਹੋਈਆਂ ਨੇ, ਅਤੇ ਟਿੱਕਰੀ ਵਾਲੇ ਪਾਸੇ ਮੈਂ ਦੇਖਿਆ ਕਿ ਨੋਟਸ ਲਾਏ ਹੋਏ ਨੇ, ਬੋਰਡਾਂ 'ਤੇ ਲਿਖ ਕੇ ਲਾਤਾ ਪੁਲਿਸ ਨੇ ਕਿ ਤੁਹਾਨੂੰ ਇਹ ਧਰਨਾ ਚੱਕ ਲੈਣਾ ਚਾਹੀਦਾ। ਸੋ ਜੇ ਆਪਾਂ ਐਂ ਚੁੱਪ ਬੈਠੇ ਰਹੇ ਨਾ, ਆਪਾਂ ਕੋਈ ਨਾ ਕੀਤਾ, ਕੋਈ ਹੀਲੋ ਜਿੱਤ ਨਾ ਕੀਤੀ, ਕੋਈ ਨਾ ਪ੍ਰੋਗਰਾਮ ਦਿੱਤਾ, ਤਾਂ ਇਹਨਾਂ ਪੁਲਿਸ ਨੇ, ਸਰਕਾਰ ਨੇ ਆਪਾਂ ਨੂੰ ਦਿਨੋਂ ਦਿਨ ਤੰਗ ਕਰਨਾ ਸ਼ੁਰੂ ਕਰਨਾ। ਸੋ ਇਹਨਾਂ ਦਾ ਮੂੰਹ ਤੋੜਵਾਂ ਜਵਾਬ ਦੇਣਾ ਪੈਣਾ, ਇਸ ਹੱਲੇ ਨੂੰ ਰੋਕਣਾ ਪੈਣਾ ਜੇ ਆਪਾਂ ਚਾਹੁੰਦੇ ਹਾਂ ਕਿ ਇਸ ਅੰਦੋਲਨ ਨੂੰ ਆਪਾਂ ਜਿੱਤੀਏ। ਸੋ ਭਰਾਵੋ, ਮੈਂ ਤੁਹਾਨੂੰ ਇਸ ਕਰਕੇ ਅਪੀਲ ਕਰਦਾ ਕਿ ਜਦੋਂ ਵੀ ਕਿਤੇ ਵੀ ਸਾਨੂੰ ਕੋਈ ਸੱਦਾ ਆਉਂਦਾ, ਦਿੱਲੀ ਜਾਣ ਦਾ ਆਉਂਦਾ, ਕਿਤੇ ਵੀ ਕੋਈ ਪ੍ਰੋਗਰਾਮ ਦਾ ਸੱਦਾ ਆਉਂਦਾ, ਤਾਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਦਿੱਲੀ ਜਾਵਾਂਗੇ, ਅਤੇ ਅਸੀਂ ਆਵਾਂਗੇ, ਹਰ ਹਾਲਤ ਦਿੱਲੀ ਆਵਾਂਗੇ, ਤੁਸੀਂ ਕੋਈ ਪ੍ਰੋਗਰਾਮ ਜ਼ਰੂਰ ਦਿਓ। ਅਤੇ ਇਹ ਤੋਂ ਇਲਾਵਾ ਅੱਜ ਮੈਂ ਇੱਕ ਹੋਰ ਦੇਖਿਆ ਕਿ ਇੱਕ ਪ੍ਰਾਪੇਗੰਡਾ ਹੋ ਗਿਆ ਜੀ, ਇੱਕ ਤਾਂ ਜੀ ਕਾਂਗਰਸੀਆਂ ਨੇ ਇਕੱਠ ਕਰਾਤਾ ਜੀ, ਇਹ ਫਲਾਨਿਆਂ ਨੇ ਕਰਾਤਾ। ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ
कि यह कट्ठ मैं नहीं कहता लखे करके कट्ठ होया, यह ना किसी कांग्रसी करके कट्ठ होया। ठीक है, जेडे कांग्रसी मेरा एक मित्र भी है मुंडा कमलजीत बागे पुराने तो कांग्रसी का लीडर का मुंडा है, वह मेरा निजी मेरा मित्र आया आज तौर से निजी मेरी अकाली दल ने भी निजी ना बहुत लिहाज वह भी आए ने, झाड़ू वाले ने भी निजी मेरी लिहाजा ने भी आए ने वह आए ने। यह कट्ठ लखे करके नहीं होया, मैं कोई एडा महान नहीं है, यह कट्ठ पंजाब लई होया, यह कट्ठ अपने हकों लई होया। यह जिहियां हरकतां ना करा करो फलानी सरकार ने कराता जी, धिमकी ने कराता जी, उन्हें कराता जी, इन्हें कराता नहीं। जे मैं बादल आले ने बड़ा प्रापेगंडा किया कि फलाने ने करता जी, एक कांग्रसियां ने शह ते हो गया जी, फलाने की शह ते हो गया। मैं कहना तुसीं दोबारा कदे भुलेखा कढ लिओ, तुसीं एक पासे ओह लोक हो जिहने पंजाब नूं तबाह करन वाले लोक। मैं एक नहीं कहना भी कल बादल वाली है, कांग्रेसी भी बराबर भी जिम्मेवार है। एक पास तुसीं रख लिओ दोने कट्ठे होके, एक पासे पंजाब दे लोक रख लैणगे जिहड़े पंजाब दे दर्दी लोक ने, पंजाब नूं बचाउणा चाहुंदे ने, एक पासे ओह रख लैणगे, तुहाडा भुलेखा ओह लोक कढ देणगे। सो इह जिहियां ना गल्लां करिआ करो, हर गल ते सियासत पंदरो, हर गल ते सियासत, हर गल दे उत्ते रौला पा के बैठ जाणा, ऐ होया ओह होया। सो मैं दुबारा फिर तहि दिलों भरावो तुहाडा धन्नवाद, मैं तुहाडा करज करज मेरा मेरा रोम रोम मेरा करजा ही है तुहाडा। जिन्ना चिर मैं अज भी कहा कि जिहड़ा फड़िया गया तो गल अलग आ, पर जे बाहर रहा तो अंदोलन जित्ते बिना घरे नहीं मुड़दा, यह सुड नाल वादा रहा। सो पर डट के मेरा भीर नाल खड़े रहो, साथ दिओ। धन्नवाद, वाहिगुरू जी का खालसा, वाहिगुरू जी की फतह। जिस हिसाब नाल लखे सिधाणी की रैली में इन्नी वड्डी सपोर्ट मिली तां तुहानू की लगता कि लखे नूं गद्दार कहण वाले किसान आगुआं नूं भी यह जवाब मिल गया होगा कि अंदोलन विच लखे हुणां दा भी वड्डा योगदान रहा है? सानू इस बारे अपनी राय कमेंट बॉक्स विच जरूर दसना। धन्नवाद, फिर मिलांगे नवीआं ते ताज़ा खबरां दे नाल, देखते रहना धड़कन पंजाबी।